ਚੋਰ ਕੰਮ ਗੈਂਗਸਟਰ ਜਿਹੜੇ ਨੇ ਉਹ ਜੀ ਅਰੈਸਟ ਕੀਤੇ ਨੇ, ਜਿਹਨਾਂ ਕੋਲ ਚਾਰ ਤਿੰਨ ਮੋਟਰਸਾਈਕਲ, ਇੱਕ ਸਕੂਟੀ ਅਤੇ ਇੱਕ ਮੋਬਾਈਲ ਰਿਕਵਰ ਹੋਇਆ। ਇਹ ਪਹਿਲਾਂ ਵੀ ਇਹਨਾਂ ਦੇ ਉੱਤੇ ਮੁਕੱਦਮੇ ਦਰਜ ਨੇ ਜੀ, ਕਿਸੇ 'ਤੇ 2 ਦਰਜ ਨੇ, ਕਿਸੇ 'ਤੇ 3 ਦਰਜ ਨੇ। ਸਾਰੇ ਹੀ ਜਿਹੜੇ ਹੈਗੇ ਅਕਿਊਜ਼ਡ ਐਕਸੈਪਟ ਇੱਕ ਜਿਹੜਾ ਕੱਚ ਚੋਰੀ ਕਰਦਾ ਪਕੜਿਆ ਗਿਆ, ਉਹਦੇ 'ਤੇ ਹਾਲੇ ਤੱਕ ਰਿਕਾਰਡ 'ਚ ਨਹੀਂ ਕੋਈ ਆਇਆ, ਬਾਕੀ ਥਾਣਿਆਂ ਤੋਂ ਚੈੱਕ ਕਰ ਰਹੇ। ਜਲੰਧਰ ਪੁਲਿਸ ਨੇ ਚੋਰਾਂ ਅਤੇ ਗੈਂਗਸਟਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ 5 ਆਰੋਪੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਬਤ ਜੁਆਇੰਟ ਕਮਿਸ਼ਨਰ ਸੰਦੀਪ ਕੁਮਾਰ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਪਹਿਲਾਂ ਵੀ ਇਹਨਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਚੱਲਦਿਆਂ ਨੌਰਥ ਪੁਲਿਸ ਟੀਮ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ, ਜਾਂਚ ਜਾਰੀ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ ਚੋਰਾਂ ਅਤੇ ਗੈਂਗਸਟਰਾਂ ਦੇ ਖਿਲਾਫ਼, ਉਹਦੇ ਉਹਨੂੰ ਹੀ ਅੱਗੇ ਲਿਜਾਉਂਦੇ ਹੋਏ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਹਦੇ ਵਿੱਚ 5 ਚੋਰ ਕੰਮ ਗੈਂਗਸਟਰ ਜਿਹੜੇ ਨੇ ਉਹ ਜੀ ਅਰੈਸਟ ਕੀਤੇ ਨੇ, ਜਿਹਨਾਂ ਕੋਲ 3 ਮੋਟਰਸਾਈਕਲ, ਇੱਕ ਸਕੂਟੀ ਅਤੇ ਇੱਕ ਮੋਬਾਈਲ ਰਿਕਵਰ ਹੋਇਆ। ਔਰ ਇਹਨਾਂ ਦੇ ਨਾਲ ਅੱਗੇ ਹੁਣ ਫਰਦਰ ਇਨਵੈਸਟੀਗੇਸ਼ਨ ਜਾਰੀ ਆ, ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ। ਸਰ ਇਹਨਾਂ ਦੀ ਪ੍ਰੋਫਾਈਲ ਇਹ ਪਹਿਲਾਂ ਵੀ ਇਹਨਾਂ ਦੇ ਉੱਤੇ ਮੁਕੱਦਮੇ ਦਰਜ ਨੇ ਜੀ, ਕਿਸੇ 'ਤੇ 2 ਦਰਜ ਨੇ, ਕਿਸੇ 'ਤੇ 3 ਦਰਜ ਨੇ। ਸਾਰੇ ਹੀ ਜਿਹੜੇ ਹੈਗੇ ਅਕਿਊਜ਼ਡ ਐਕਸੈਪਟ ਇੱਕ ਜਿਹੜਾ ਕੱਚ ਚੋਰੀ ਕਰਦਾ ਪਕੜਿਆ ਗਿਆ, ਉਹਦੇ 'ਤੇ ਹਾਲੇ ਤੱਕ ਰਿਕਾਰਡ 'ਚ ਨਹੀਂ ਕੋਈ ਆਇਆ, ਬਾਕੀ ਥਾਣਿਆਂ ਤੋਂ ਚੈੱਕ ਕਰ ਰਹੇ। ਇਹ ਜੀ ਗੁਲਾਬ ਦੇਵੀ ਰੋਡ 'ਤੇ ਕਾਫੀ ਇੰਸੀਡੈਂਟ ਰਿਪੋਰਟ ਹੋ ਰਹੇ ਸੀ, ਉੱਥੇ ਅਸੀਂ ਟਰੈਪ ਲਗਾਇਆ ਹੋਇਆ ਸੀ ਅਤੇ ਉਹਦੇ ਵਿੱਚ ਇਹ ਕਾਬੂ ਆ ਗਏ ACP ਨੌਰਥ ਕੋਲ। ਔਰ ਇੱਕ ਰਾਮਾ ਮੰਡੀ ਦੇ ਵਿੱਚ ਇੰਸੀਡੈਂਟਸ ਹੋ ਰਹੇ ਸੀਗੇ ਪਿਛਲੇ ਦਿਨਾਂ 'ਚ ਕੁਛ, ਉੱਥੇ ਟਰੈਪ ਲਗਾਇਆ ਸੀ, ਉੱਥੇ ACP ਸੈਂਟਰਲ ਨੇ ਲੀਡ ਕੀਤਾ ਅਤੇ ਉਹਨਾਂ ਦੇ ਕੋਲ 3 ਮੁੰਡੇ ਜਿਹੜੇ ਆ ਉਹ ਕਾਬੂ ਕੀਤੇ, ਇਹਨਾਂ ਕੋਲ ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ, ਜਿਹੜੇ ਕਿ ਚੋਰੀ ਦੇ ਮੋਟਰਸਾਈਕਲ ਦੇ ਉੱਤੇ ਫਿਰ ਫਰਦਰ ਵਾਰਦਾਤਾਂ ਕਰਦੇ ਸੀ।